ਇਸ ਅਗਰ ਤੁਹਾਡੀ ਗੱਡੀ ਫੋਰਵਰਡ ਫੇਸ ਕਰ ਰਹੀ ਹੈ ਤੇ ਦ ਰਾਈਟ ਟਾਈਮ ਟੂ ਟਰਨ ਦ ਵੀਲ ਵੁੱਡ ਬੀ ਤੁਸੀਂ ਚੰਗੀ ਤਰ੍ਹਾਂ ਤੇ ਜਦੋਂ ਤੁਹਾਡਾ ਲੈਫਟ ਸਾਈਡ ਵੀ ਮਿਰਰ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਐਸੀ ਟ੍ਰਿਕ ਦੱਸਾਂਗਾ ਕਿ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ। ਦੋਸਤੋ, ਐਜ਼ ਅ ਨਿਊ ਡਰਾਈਵਰ ਵੀ ਗੈਟ ਨਰਵਸ ਕਿ ਵੀ ਸਾਡੀ ਗੱਡੀ ਜਿਹੜੀ ਹੈ ਪਾਰਕਿੰਗ ਲੋਟ 'ਚ ਜਦੋਂ ਆਪਾਂ ਗੱਡੀ ਕੱਢਣੀ ਹੁੰਦੀ ਹੈ ਵੀ ਗੈਟ ਨਰਵਸ ਕਿ ਸਾਡੀ ਗੱਡੀ ਨਾਲ ਵਾਲੀ ਗੱਡੀ ਨਾਲ ਨਾ ਲੱਗ ਜਾਵੇ। ਵੈਨ ਯੂ ਰਿਵਰਸਿੰਗ ਜਾਂ ਤੁਸੀਂ ਫੋਰਵਰਡ ਕਰ ਰਹੇ ਹੋ ਤਾਂ ਵੀ ਤੁਹਾਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਅਤੇ ਇਸ ਟ੍ਰਿਕ ਨੂੰ ਅਗਰ ਤੁਸੀਂ ਸਮਝ ਗਏ ਤਾਂ ਤੁਹਾਨੂੰ ਨਰਵਸ ਹੋਣ ਦੀ ਬਿਲਕੁਲ ਲੋੜ ਨਹੀਂ। ਕਦੀ ਵੀ ਤੁਸੀਂ ਨਹੀਂ ਘਬਰਾਓਗੇ ਜਦੋਂ ਤੁਸੀਂ ਪਾਰਕਿੰਗ ਲੋਟ 'ਚੋਂ ਗੱਡੀ ਕੱਢਣੀ ਹੋਵੇ। ਅਤੇ ਵਟ ਯੂ ਸ਼ੁੱਡ ਡੂ ਇਸ ਅਗਰ ਤੁਹਾਡੀ ਗੱਡੀ ਫੋਰਵਰਡ ਫੇਸ ਕਰ ਰਹੀ ਹੈ ਅਤੇ ਦ ਰਾਈਟ ਟਾਈਮ ਟੂ ਟਰਨ ਦ ਵੀਲ ਵੁੱਡ ਬੀ ਜਦੋਂ ਤੁਹਾਡਾ ਸ਼ੋਲਡਰ ਜਿਹੜਾ ਹੈ ਗੱਡੀ ਨਾਲ ਖੜ੍ਹੀ ਗੱਡੀ ਦੇ ਐਂਡ ਦੇ ਨਾਲ ਅਲਾਈਨ ਹੋ ਜਾਵੇ, ਉਦੋਂ ਤੁਸੀਂ ਵੀਲ ਟਰਨ ਕਰਨਾ ਸ਼ੁਰੂ ਕਰਨਾ ਹੈ। ਤਦ ਤੱਕ ਮੈਂ ਟਰਨ ਨਹੀਂ ਕੀਤਾ ਸੀਗਾ, ਦੇਖੋ ਮੇਰਾ ਵੀਲ ਸਟ੍ਰੇਟ ਹੈ, ਹੁਣ ਮੈਂ ਇਹਨੂੰ ਟਰਨ ਕਰਾਂਗਾ, ਮੇਰੇ ਸ਼ੋਲਡਰ ਅਲਾਈਨ ਹੋ ਗਿਆ। ਨਾਓ ਆਈ ਐਮ ਗੋਇੰਗ ਟੂ ਟਰਨ। ਇਹ ਦੇਖੋ ਜੀ ਕਿੰਨੀ ਜਗ੍ਹਾ ਮਿਲੀ ਮੈਨੂੰ ਅਤੇ ਐਟ ਦ ਸੇਮ ਟਾਈਮ ਮੈਂ ਸਾਹਮਣੇ ਵਾਲੀ ਗੱਡੀਆਂ ਨਾਲ ਵੀ ਨਹੀਂ ਟਕਰਾ ਰਿਹਾ, ਉੱਧਰ ਵੀ ਬਹੁਤ ਜ਼ਿਆਦਾ ਜਗ੍ਹਾ ਹੈ ਅਤੇ ਦਿਸ ਇਜ਼ ਦ ਵੇ। ਅਗਰ ਤੁਸੀਂ ਇੰਨਾ ਕਰ ਲੈਂਦੇ ਹੋ ਯੂ ਵਿਲ ਨੈਵਰ ਐਵਰ ਹੈਵ ਐਨੀ ਟਾਈਪ ਆਫ ਕੋਲੀਸ਼ਨ ਇਨ ਦ ਪਾਰਕਿੰਗ ਲੋਟ। ਦੋਸਤੋ, ਆਓ ਮੈਂ ਤੁਹਾਨੂੰ ਦਿਖਾਉਂਦਾ ਹੁਣ ਕਿ ਵੀ ਜਦੋਂ ਰਿਵਰਸ ਕਰਨੀ ਹੁੰਦੀ ਹੈ ਗੱਡੀ ਹਾਓ ਸ਼ੁੱਡ ਬੀ ਟਰਨ, ਵਟ ਇਜ਼ ਦ ਰਾਈਟ ਟਾਈਮ ਟੂ ਟਰਨ। ਅਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਦੋਂ ਆਪਾਂ ਰਿਵਰਸ ਕਰਨੀ ਹੁੰਦੀ ਹੈ ਅਤੇ ਅਸੀਂ ਵੀਲ ਕਿਸ ਵੇਲੇ ਟਰਨ ਕਰਨਾ ਹੈ ਤਾਂ ਕਿ ਸਾਡੀ ਗੱਡੀ ਨਾਲ ਵਾਲੀ ਗੱਡੀ ਨਾਲ ਨਾ ਲੱਗੇ। ਅਤੇ ਮੈਂ ਲੈਫਟ ਦਾ ਸਿਗਨਲ ਦੇ ਤਾ, ਮੈਂ ਅੱਛੀ ਤਰ੍ਹਾਂ ਪਿੱਛੇ ਮੁੜ ਕੇ ਚੈੱਕ ਕਰਾਂਗਾ ਕੋਈ ਆ ਤਾਂ ਨਹੀਂ ਰਿਹਾ, ਪੈਡੈਸਟ੍ਰੀਅਨ ਨਾ ਹੋਵੇ, ਚੈੱਕ ਕਰਨਾ ਤੁਸੀਂ ਚੰਗੀ ਤਰ੍ਹਾਂ। ਅਤੇ ਜਦੋਂ ਤੁਹਾਡਾ ਲੈਫਟ ਸਾਈਡ ਵੀ ਮਿਰਰ ਤੁਹਾਡਾ ਗੱਡੀ ਦੀ ਫਰੰਟ ਨਾਲ ਜਾਂ ਬੈਕ ਨਾਲ ਡਿਪੈਂਡ ਕਰਦਾ ਕਿ ਗੱਡੀ ਕਿਸ ਪਾਸੇ ਫੇਸ ਕਰ ਰਹੀ ਹੈ, ਜਦੋਂ ਉਹਦੇ ਨਾਲ ਅਲਾਈਨ ਹੋ ਜਾਵੇ ਫਿਰ ਤੁਸੀਂ ਵੀਲ ਟਰਨ ਕਰਨਾ ਸ਼ੁਰੂ ਕਰਨਾ ਅਤੇ ਟਰਨ ਕਰਦੇ ਕਰਦੇ ਤੁਸੀਂ ਗੱਡੀ ਪਿੱਛੇ ਕਰਨੀ ਹੈ, ਜਾਂ ਇਹ ਕਹਿ ਲਓ ਕਿ ਗੱਡੀ ਪਿੱਛੇ ਕਰਦੇ ਕਰਦੇ ਤੁਸੀਂ ਟਰਨ ਕਰਨਾ ਸਾਰੇ ਪਾਸੇ ਦੇਖ ਕੇ। ਆ ਦੇਖੋ ਜੀ ਕਿੰਨੀ ਜਗ੍ਹਾ ਮਿਲੀ ਮੈਨੂੰ ਟਰਨ ਕਰਨ ਵਾਸਤੇ, ਅਤੇ ਦੈਟ ਵਾਜ਼ ਅ ਵੈਰੀ ਸਮੂਥ ਟਰਨ। ਅਤੇ ਦੋਸਤੋ, ਅਗਰ ਤੁਸੀਂ ਇਹ ਟ੍ਰਿਕਸ ਫੋਲੋ ਕਰਦੇ ਹੋ ਤਾਂ ਤੁਸੀਂ ਕਦੀ ਵੀ ਕਿਸੇ ਗੱਡੀ ਨਾਲ ਨਹੀਂ ਟਕਰਾਓਗੇ ਰਿਵਰਸ ਕਰਨ ਵੇਲੇ ਅਤੇ ਫੋਰਵਰਡ ਕਰਨ ਵੇਲੇ। ਦੋਸਤੋ, ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਫੇਸਬੁੱਕ 'ਤੇ, ਅਤੇ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ, ਕਿਉਂਕਿ ਮੈਂ ਬਹੁਤ ਸਾਰੀ ਟ੍ਰਿਕਸ ਅਤੇ ਟਿਪਸ ਤੁਹਾਡੇ ਵਾਸਤੇ ਲੈ ਕੇ ਆਉਣ ਵਾਲਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।